ਇਹ ਸਾਨੂੰ ਗੁਪਤ ਸੂਚਨਾ ਤੇ ਪਤਾ ਲੱਗਿਆ ਕਿ ਰਾਤ ਇਹਨਾਂ ਵੱਲੋਂ ਸਰਕਾਰੀ ਜੰਗਲ ਮਤਾਪੁਰ ਵਿੱਚ ਸਰਕਾਰੀ ਦਰਖਤ ਕੱਟ ਕੇ ਗੱਡੀਆਂ ਤੇ ਲੋਡ ਕਰਕੇ ਲਿਆ ਕੇ ਵੇਚਣ ਨੂੰ ਜਾ ਰਹੇ ਨੇ। ਇਹ ਜਿਹੜੇ ਪਪੂਲਰ ਜਾਂ ਇਹਨਾਂ ਦੇ ਦਰਖਤ ਲੱਗੇ ਸੀ ਉਸ ਜ਼ਮੀਨ ਦੇ ਅੰਦਰ ਆਏ ਆ, ਜਿੱਥੇ ਅਸੀਂ ਕਣਕ ਵੇਚ ਚੁੱਕੇ ਆ, ਕਣਕ ਹੋ ਰਹੀ ਆ। ਜਥੇਬੰਦੀ ਨੇ ਕਣਕ ਵਗਵਾਈ ਐ ਤੇ ਇਹਨਾਂ ਨੂੰ 52 ਘਰ ਹੈਗੇ ਆ ਬਾਦਗਾਨਾ ਦੇ। ਜਦੋਂ ਇਹਨਾਂ ਨੂੰ ਅਸੀਂ ਰੋਕਿਆ, ਇਹਨਾਂ ਨੇ ਸਾਡੇ ਨਾਲ ਝਗੜਾ ਵੀ ਕੀਤਾ, ਹੱਥੋਂਬਾਈ ਕੀਤੀ ਤੇ ਇਹਨਾਂ ਦੇ ਨਾਲ ਦੇ ਦੋ ਬੰਦੇ ਜਿਹੜੇ ਦੌੜ ਵੀ ਗਏ। ਜਿਹੜੇ ਰਸਤੇ ਦੇ ਜਿਵੇਂ ਟਰੈਕਟਰ ਨਹੀਂ ਲੰਘਦਾ ਉਹਨੂੰ ਵੱਟਾਂ ਸਿੱਧੀਆਂ ਕਰਨ ਵਾਸਤੇ ਇਹ ਬੁੱਟੇ ਇਹਨਾਂ ਦੇ ਵੱਡੇ ਗਏ। ਨਹੀਂ ਨਹੀਂ ਵੇਚ ਕੇ ਇਹ ਮੈਂ ਦੱਸਦਾ, ਕਿਸਾਨੀ ਝੰਡੇ ਇਹਨਾਂ ਨੇ ਲਾਏ ਆ ਉਹ ਇਹਨਾਂ ਦੀ ਗਲਤੀ ਆ। ਇਹ ਕਿਸਾਨੀ ਝੰਡੇ ਦੀ ਆੜ ਦੇ ਥੱਲੇ ਜਿਹੜਾ ਇਹ ਸਾਰਾ ਕੰਮ ਕਰ ਰਹੇ। ਦੋਨਾਂ ਗੱਡੀਆਂ ਨੂੰ ਗੁਰਾਹਾਂ ਦੇ ਜਿਹੜੇ ਉਹ ਝੰਡੇ ਲੱਗੇ ਹੋਏ, ਨਜਾਇਜ਼ ਕਟਾਈ ਕਰਕੇ ਝੰਡਿਆਂ ਦਾ ਆਸਰਾ ਲੈ ਕੇ ਕਿਸਾਨੀ ਦੀ ਆੜ ਦੇ ਵਿੱਚ ਇੱਕੋ ਸਰੀਆਂ ਵੀ ਚੋਰੀ ਵੇਟ ਕਰ ਰਹੇ ਆ ਸਰ। ਇਹਨਾਂ ਦੇ ਗਰੀਬ ਕਰ ਰਿਹਾ 6 ਮਹੀਨੇ ਤੋਂ ਨਹੀਂ, ਸਾਲ ਤੋਂ, ਇੱਕ ਸਾਲ ਤੋਂ ਇਹ ਰੈਗੂਲਰ ਧਰਨਾ ਚੱਲ ਰਿਹਾ ਸਰਕਾਰੀ ਜੰਗਲ ਮਤਾਪੁਰ ਵਿੱਚ। ਇਹਨਾਂ ਨੂੰ ਘੱਟ ਤੋਂ ਘੱਟ ਅੱਜ 6 ਮਹੀਨੇ ਹੋ ਗਏ ਇਹ ਕੰਮ ਕਰਦੇ ਹੋਏ। ਤੇਰੇ ਦਿਹਾੜੀਦਾਰ ਬੰਦੇ ਗਏ ਨਹੀਂ, ਇਹੀ ਲੱਕੜ ਦਾ ਇਹਨਾਂ ਦੀ ਕਣਕ ਦੀ ਬਿਜਾਈ ਹੋ ਰਹੀ ਹੈ, ਉੱਥੇ ਤੇਲ ਪੈ ਰਿਹਾ, ਡੀਜ਼ਲ ਜੋ ਵੀ ਖਰਚਾ ਹੁੰਦਾ ਇਹਨਾਂ ਕੋਲੇ, ਗਰੀਬਾਂ ਕੋਲੇ ਕਿੱਥੇ। ਇਹ ਕਹਿੰਦੇ ਸਾਡੇ ਬੂਟੇ ਆ ਵੇਚ ਦਿਓ। जंगलात विभाग गुरदासपुर नूं उस वेले वड्डी सफलता हाथ लगी जदों गड्डियां उत्ते किसानी झंडे लगा के सरकारी लकड़ चोरी वेचन जा रहे दो व्यक्तियां नूं गड्डियां समेत काबू किया गया अते जंगलात विभाग दे अधिकारियां ने इन्हां आरोपियां नूं पुलिस दे हवाले कर दिता है। हैरानी वाली गल तां इह है कि इन्हां दोवें ही गड्डियां उत्ते किसानी झंडे लगे नजर आ रहे सी। इह सानूं गुप्त सूचना ते पता लग्या कि रात इन्हां वल्लों सरकारी जंगल मतापुर विच्चों सरकारी दरख्त कट के गड्डियां ते लोड करके लिया के वेचण नूं जा रहे ने। असीं फिर सारे स्टाफ की मदद नाल नाके लाए रस्तियां दे विच, रस्तियां च नाके लाउण उपरंत जदों गुरदासपुर बाईपास नूं गड्डियां आउंदियां सी तां असीं उत्थे रस्ते च घेरिया ते इन्हां तों पुछ पड़ताल कीती। पुछ पड़ताल करन उपरंत इन्हां ने सानू दस्या भी इह लक्कड़ जिहड़ी असीं सरकारी जंगल मतापुर विच असीं कट के लिआंदी आ ते इह वेचण जा रहे आ। जदों इन्हां नूं असीं रोकिआ, इन्हां ने साडे नाल झगड़ा वी कीता, हत्थोबाई वी कीती ते इन्हां दे नाल दे दो बंदे जिहड़े दौड़ वी गए ने ते उहदे हफड़ा दफड़ी दे विच इह सारी सरकारी लक्कड़ वढ के जिहड़ी आ वेची जा रही। किन्ने कु बुट्टी सी सर? ਇਹ ਤਾਂ ਜਾ ਕੇ ਦੇਖਾਂਗੇ ਨਾ ਜੀ ਉੱਥੇ ਮੌਕੇ ਤੇ। ਕਿੰਨੇ ਦਾ ਮਾਲ, ਕਿੰਨੀ ਗੱਡੀਆਂ ਮਾਲ ਸੀ? ਇਹ ਦੋ ਗੱਡੀਆਂ ਮਾਲ ਆ ਜੀ। ਇੱਕ ਗੱਡੀ ਦੇ ਵਿੱਚ ਪਾਪੂਲਰ ਲੱਦਿਆ ਹੋਇਆ ਜੀ, ਇੱਕ 'ਚ ਸਪਾਈਡਰ ਲੱਦਿਆ ਹੈ। ਅਪਰੋਕਸੀਮੇਟਲੀ ਕਿੱਦਾਂ ਇਹ ਤਾਂ ਹੁਣ? ਕਿੰਨੇ ਬੰਦੇ ਸਾਰੇ ਟੋਟਲ? ਟੋਟਲ 4 ਬੰਦੇ ਸੀ। ਕਿੰਨੇ ਕਾਬੂ ਕਰ ਲਏ? ਦੋ ਕਾਬੂ ਕਰ ਲਏ। ਇਹ ਕਿਸਾਨੀ ਝੰਡੇ ਦੀ ਆੜ ਦੇ ਥੱਲੇ ਜਿਹੜਾ ਇਹ ਸਾਰਾ ਕੰਮ ਕਰ ਰਹੇ। ਦੋਨਾਂ ਗੱਡੀਆਂ ਨੂੰ ਗੁਰਾਹਾਂ ਦੇ ਜਿਹੜੇ ਉਹ ਝੰਡੇ ਲੱਗੇ ਹੋਏ ਆ, ਨਜਾਇਜ਼ ਕਟਾਈ ਕਰਕੇ ਝੰਡਿਆਂ ਦਾ ਆਸਰਾ ਲੈ ਕੇ ਕਿਸਾਨੀ ਦੀ ਆੜ ਦੇ ਵਿੱਚ ਇੱਕੋ ਸਰੀਆਂ ਵੀ ਚੋਰੀ ਕਰ ਰਹੇ। ਇਹ ਰਸਤੇ ਬੰਦ ਕਰ ਦਿੰਦੇ ਨੇ, ਜਾ ਕੇ ਧਰਨੇ ਲਾ ਦਿੰਦੇ ਨੇ, ਮੁਲਾਜ਼ਮਾਂ ਉੱਤੇ ਚੜ ਕੇ ਦਫ਼ਤਰ ਬੰਦ ਕਰ ਦੇਣਗੇ ਜੀ ਉਹਨਾਂ ਨੂੰ ਕਰਕੇ। ਸਰਕਾਰੀ ਜੰਗਲ ਮਤਾਪੁਰ ਵਿੱਚ ਇਹਨਾਂ ਨੂੰ ਘੱਟ ਤੋਂ ਘੱਟ ਅੱਜ 6 ਮਹੀਨੇ ਹੋ ਗਏ ਇਹ ਕੰਮ ਕਰਦੇ ਹਨ। ਪਹਿਲਾਂ ਇਹਨਾਂ ਨੇ ਪਲਾਂਟੇਸ਼ਨਾਂ ਵੱਢ ਕੇ 120 ਏਕੜ ਦੇ ਕਰੀਬ ਜਿਹੜਾ ਉਹ ਜੰਗਲ ਨੂੰ ਨੁਕਸਾਨ ਕਰ। ਉੱਥੇ ਹੀ ਦੋ ਕਾਬੂ ਕੀਤੇ ਗਏ ਲੋਕਾਂ ਵਿੱਚੋਂ ਇੱਕ ਆਪਣੀ ਆਪ ਨੂੰ ਜ਼ਮੀਨ ਬਚਾਓ ਕਮੇਟੀ ਦਾ ਪ੍ਰਧਾਨ ਦੱਸ ਰਿਹਾ ਹੈ ਅਤੇ ਕਹਿ ਰਿਹਾ ਕਿ ਮਹਿਤਾਬਪੁਰ ਜੰਗਲ ਨਜ਼ਦੀਕੀ ਇਹ ਜ਼ਮੀਨ ਜੋ ਕਰੀਬ 100 ਏਕੜ ਦੀ ਹੈ, ਉਸ ਵਿੱਚੋਂ ਕੁਝ ਜ਼ਮੀਨ ਆਬਾਦਕਾਰ ਕਿਸਾਨਾਂ ਕੋਲ ਹੈ ਜਿਸ ਦਾ ਕੋਰਟ ਦੇ ਵਿੱਚ ਸਰਕਾਰ ਨਾਲ ਕੇਸ ਚੱਲ ਰਿਹਾ ਹੈ। ਇਹ ਲੱਕੜ ਉਸ ਜ਼ਮੀਨ ਦੇ ਵਿੱਚੋਂ ਕੱਟੀ ਗਈ ਹੈ ਤਾਂ ਕਿ ਇਸ ਨੂੰ ਵੇਚ ਕੇ ਉਹਨਾਂ ਕਿਸਾਨਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਭੱਤਾ ਚੱਲ ਸਕੇ। ਮਹਿਤਾਬਪੁਰ ਦਾ ਰਕਬਾ ਮੁਕੇਰੀਆਂ ਦੇ ਥਾਣੇ ਦੇ ਅੰਡਰ ਆਂਦਾ, ਜਗਤਪੁਰ ਕਲਾ ਦੇ ਵਿੱਚ ਹੈ। ਮੈਂ ਜ਼ਮੀਨ ਬਚਾਓ ਕਮੇਟੀ ਦਾ ਪ੍ਰਧਾਨ ਹਾਂ ਜੀ। ਉੱਥੇ 2017-18 ਦੇ ਵਿੱਚ ਇਹਨਾਂ ਆਬਾਦਕਾਰਾਂ ਦੇ ਕੋਈ 50-50 ਘਰ ਹੈਗੇ ਆ। ਉਹਨਾਂ ਦੀ ਜ਼ਮੀਨ ਜੰਗਲਾਤ ਮਹਿਕਮੇ ਵੱਲੋਂ ਜਾਂ ਸਰਕਾਰ ਦੇ ਪ੍ਰੈਸ਼ਰ ਵੱਲੋਂ 2-2.5-2.5 ਕਿੱਲਿਆਂ ਵਾਲੇ ਕਿਸਾਨਾਂ ਤੋਂ ਵਾਲੀ ਸੀ। ਖੜੀ ਫਸਲ ਵੀ ਪਾਈ ਉਹਨਾਂ ਦੀ, ਇਹਨਾਂ ਨੇ ਜੋ ਵੀ ਸੀਗਾ ਚੱਲਿਆ। ਹੁਣ ਇਹ ਜਥੇਬੰਦੀ ਦੇ ਵਿੱਚ ਆਏ ਸੀਗੇ, ਜਥੇਬੰਦੀ ਵਾਲਿਆਂ ਨੇ ਪੂਰਾ ਵੇਰਵਾ ਪੂਰਾ ਚੈੱਕ ਕੀਤਾ ਅਤੇ ਉਹਦੇ ਆਧਾਰ 'ਤੇ ਇਹਨਾਂ ਨੂੰ ਅਸੀਂ ਜ਼ਮੀਨ ਵਹਾਤੀ ਸੀਗੀ 104 ਕਿੱਲੇ ਦੇ, ਤਕਰੀਬਨ 2.5-2.5 ਕਿੱਲਿਆਂ ਹਿਸਾਬ ਨਾਲ 128-129 ਕਿੱਲੇ ਬਣਦੇ ਆ। ਇਹ ਜਿਹੜੇ ਪਾਪੂਲਰ ਜਾਂ ਇਹਨਾਂ ਦੇ ਦਰਖਤ ਲੱਗੇ ਸੀ ਉਸ ਜ਼ਮੀਨ ਦੇ ਅੰਡਰ ਆਏ ਆ, ਜਿੱਥੇ ਅਸੀਂ ਕਣਕ ਵੇਚ ਚੁੱਕੇ ਹਾਂ, ਕਣਕ ਹੋ ਰਹੀ ਹੈ। ਜਥੇਬੰਦੀ ਨੇ ਕਣਕ ਉਗਵਾਈ ਹੈ ਸੀ ਇਹਨਾਂ ਨੂੰ, 52 ਘਰ ਹੈਗੇ ਆ ਬਾਦਗਾਨਾ ਦੇ। ਇਹਨਾਂ ਨੇ 1960 ਜਦੋਂ ਸਰਕਾਰਾਂ ਨੇ ਐਲਾਨ ਕੀਤਾ ਨਾ ਜੀ, ਕਾਈ ਕਾਨਾ ਪੁੱਟ ਕੇ ਨਾਲੇ ਦੇਸ਼ ਦਾ ਢਿੱਡ ਭਰੋ, ਨਾਲੇ ਸਾਡਾ ਢਿੱਡ ਭਰੋ, ਆਪਦਾ ਢਿੱਡ ਭਰੋ, ਦੇਸ਼ ਦਾ ਢਿੱਡ ਭਰੋ।
ਉਸ ਤੋਂ ਬਾਅਦ ਕੀ ਹੁੰਦਾ ਸਰਕਾਰਾਂ ਦੇ ਧੱਕੇ ਤੁਹਾਨੂੰ ਪਤਾ ਹੀ ਹੈ ਚੱਲਦੀ ਹੈ ਜੰਗਲਾਤ ਵਾਲਾ ਮੈਂ ਕਹਿੰਦਾ ਜ਼ਮੀਨ ਸਾਡੀ ਆ ਤੁਸੀਂ ਧੱਕੇ ਕਹਿੰਦੇ ਹੋ ਇਹ ਸਰ ਪ੍ਰੋਸੀਜਰ ਚੱਲ ਰਿਹਾ ਇਹਦੇ ਹੁਸ਼ਿਆਰਪੁਰ ਡੀਸੀ ਤੁਸੀਂ ਲੱਕੜ ਕਿਉਂ ਵੱਢ ਰਹੇ ਹੋ ਜੇ ਪ੍ਰੋਸੀਜਰ ਸਰਕਾਰ ਦਾ ਕੀ ਚੱਲ ਰਿਹਾ ਇਹਦੇ ਹਾਂਜੀ ਤੁਸੀਂ ਫਿਰ ਲੱਕੜ ਕਿਉਂ ਵੱਢ ਰਹੇ ਹੋ ਸਰ ਇਹਨਾਂ ਦੇ ਲਾਏ ਹੋਏ ਇਹ ਬੂਟੇ ਜਿਹੜੇ ਉੱਥੇ ਆਏ ਉਹ ਰਸਤੇ ਜਿਹੜੇ ਅੜਦੇ ਉੱਤੇ ਸੀ ਉਹ ਵੱਢ ਰਹੇ ਹਨ ਸਾਈਡ ਹੀ ਨੂੰ ਆਪਾਂ ਸਰਕਾਰ ਦੀ ਮੈਂ ਦੱਸਦਾ ਸਰ ਜਿਹੜੇ ਰਸਤੇ ਦੇ ਜਿਵੇਂ ਟਰੈਕਟਰ ਨਹੀਂ ਲੰਘਦਾ ਉਹਨੂੰ ਵੱਟਾਂ ਸਿੱਧੀਆਂ ਕਰਨ ਵਾਸਤੇ ਇਹ ਬੂਟੇ ਇਹਨਾਂ ਦੇ ਵੱਢੇ ਗਏ ਨਹੀਂ ਨਹੀਂ ਵੇਚ ਕੇ ਇਹ ਮੈਂ ਦੱਸਦਾ ਕਿਸਾਨੀ ਝੰਡੇ ਇਹਨਾਂ ਨੇ ਲਾਏ ਆ ਉਹ ਇਹਨਾਂ ਦੀ ਗਲਤੀ ਆ ਅਸੀਂ ਮੰਨਦੇ ਹਾਂ ਤੁਸੀਂ ਆਪ ਜਥੇਬੰਦੀ ਪ੍ਰਧਾਨ ਕਹਿ ਰਹੇ ਮੈਂ ਜਥੇ ਮੈਂ ਜ਼ਮੀਨ ਬਚਾਓ ਕਮੇਟੀ ਦਾ ਪ੍ਰਧਾਨ ਆ ਉੱਥੇ ਜਿਹੜੀ ਕਮੇਟੀ ਦੇ ਆਧਾਰ ਤੇ ਉਹਨਾਂ ਨੇ ਬਾਕੀ ਜਿਹੜੀਆਂ ਜਥੇਬੰਦੀਆਂ ਉਹਨਾਂ ਨੇ ਸਾਨੂੰ ਸਮਰਥਨ ਦਿੱਤਾ ਸੀ ਬੀਕੇ ਯੂ ਗ੍ਰਾਂ ਨੇ ਨਹੀਂ ਜਦੋਂ ਜ਼ਮੀਨ ਡਿਸਾਈਡ ਨਹੀਂ ਹੋ ਪਾਈ ਜੰਗਲਾਤ ਦੀ ਕਿ ਸਰਕਾਰ ਦੀ ਫਿਰ ਤੁਸੀਂ ਰੱਖਣ ਉਹ ਸਰ ਚੱਲ ਰਿਹਾ ਪ੍ਰੋਸੀਜਰ ਅਸੀਂ ਕਣਕ ਵਢਾਈ ਹੈ ਤੁਹਾਨੂੰ ਪਤਾ ਸਰਕਾਰ ਦਾ ਧੱਕਾ ਤਾਂ ਚੱਲੀ ਜਾਣਾ ਵੇਟ ਕਰੋ ਨਾ ਥੋੜਾ ਕਿਉਂ ਕੇਸ ਲੀਗ ਵੇਟ ਕਰ ਰਹੇ ਆ ਸਰ ਇਹਨਾਂ ਦੇ ਗਰੀਬ ਕਰ ਰਿਹਾ 6 ਮਹੀਨੇ ਤੋਂ ਨਹੀਂ ਸਾਲ ਤੋਂ 1 ਸਾਲ ਤੋਂ ਇਹ ਰੈਗੂਲਰ ਧਰਨਾ ਚੱਲ ਰਿਹਾ ਉੱਥੇ ਉਸ ਜਗ੍ਹਾ ਤੇ ਜਿੱਥੇ ਬੈਠੇ ਆ ਤੇਰੇ ਦਿਹਾੜੀਦਾਰ ਬੰਦੇ ਗਏ ਨਹੀਂ ਇਹੀ ਲੱਕੜ ਦਾ ਇਹਨਾਂ ਦੀ ਕਣਕ ਦੀ ਬਿਜਾਈ ਹੋ ਰਹੀ ਹੈ ਉੱਥੇ ਤੇਲ ਪੈ ਰਿਹਾ ਡੀਜ਼ਲ ਜੋ ਵੀ ਖਰਚਾ ਹੁੰਦਾ ਇਹਨਾਂ ਕੋਲੇ ਗਰੀਬਾਂ ਕੋਲੇ ਕਿੱਥੇ ਇਹ ਕਹਿੰਦੇ ਸਾਡੇ ਬੂਟੇ ਵੇਚ ਦਿਓ ਤੁਸੀਂ ਉਹ ਹੈ ਫਸਟ ਟਾਈਮ ਕਿੰਨੇ ਸਾਲ ਤੱਕ ਹੋਣਗੇ ਕਿੰਨੇ ਬੂਟੇ ਵੱਡੇ ਆ ਨੀਅਰ ਅਬਾਊਟ 5-2 ਸਾਲ ਦੇ 5 ਸਾਲ ਦੇ ਹੋ ਜਾਂਦੇ ਸਰ ਇਹਨਾਂ ਦੇ ਕਹਿਣ ਮੁਤਾਬਕ ਜਿਹੜੇ ਇਹਨਾਂ ਦੇ ਕਿਹਾ ਹਾਂਜੀ ਮੈਨੂੰ ਉਸ ਬਾਰੇ ਕੋਈ ਨੋਲੇਜ ਨਹੀਂ ਹਾਲਾਂਕਿ ਇਹ ਬਿਆਨ ਦੇਣ ਵਾਲਾ ਵਿਅਕਤੀ ਖੁਦ ਮੰਨ ਰਿਹਾ ਹੈ ਕਿ ਗੱਡੀਆਂ ਉੱਤੇ ਕਿਸਾਨੀ ਝੰਡੇ ਲਗਾਉਣਾ ਗਲਤ ਹੈ ਉੱਥੇ ਹੀ ਦੂਜੇ ਪਾਸੇ ਪੁਲਿਸ ਦੇ ਵੱਲੋਂ ਜੰਗਲਾਤ ਵਿਭਾਗ ਦੀ ਸ਼ਿਕਾਇਤ ਅਤੇ ਬਿਆਨਾਂ ਦੇ ਆਧਾਰ ਤੇ ਤਫਤੀਸ਼ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ D5 ਚੈਨਲ ਪੰਜਾਬੀ ਲਈ ਗੁਰਦਾਸਪੁਰ ਤੋਂ ਜਸਵਿੰਦਰ ਬੇਦੀ ਦੀ ਰਿਪੋਰਟ ਹੋਏਗੀ ਕਿਸਾਨਾਂ ਦੀ ਗੱਲ ਨਵੀਂ ਖੇਤੀ ਮਸ਼ੀਨਾਂ ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 D5 ਚੈਨਲ ਪੰਜਾਬੀ ਤੇ ਕੀ ਹੁੰਦੀ ਹੈ ਜਮ੍ਹਾਂਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ ਇਹ ਸਾਨੂੰ ਗੁਪਤ ਸੂਚਨਾ ਤੇ ਪਤਾ ਲੱਗਿਆ ਕਿ ਰਾਤ ਇਹਨਾਂ ਵੱਲੋਂ ਸਰਕਾਰੀ ਜੰਗਲ ਮਤਾਪੁਰ ਵਿੱਚ ਸਰਕਾਰੀ ਦਰਖਤ ਕੱਟ ਕੇ ਗੱਡੀਆਂ ਤੇ ਲੋਡ ਕਰਕੇ ਲਿਆ ਕੇ ਵੇਚਣ ਨੂੰ ਜਾ ਰਹੇ ਨੇ ਇਹ ਜਿਹੜੇ ਪਾਪੂਲਰ ਜਾਂ ਇਹਨਾਂ ਦੇ ਦਰਖਤ ਲੱਗੇ ਸੀ ਉਸ ਜ਼ਮੀਨ ਦੇ ਅੰਦਰ ਆਏ ਆ ਜਿੱਥੇ ਅਸੀਂ ਕਣਕ ਬੀਜ ਚੁੱਕੇ ਹਾਂ ਕਣਕ ਹੋ ਰਹੀ ਹੈ ਜਥੇਬੰਦੀ ਨੇ ਕਣਕ ਉਗਾਈ ਹੈ ਅਤੇ ਇਹਨਾਂ ਨੂੰ 52 ਘਰ ਹੈਗੇ ਆ ਬਾਦਗਾਨਾ ਦੇ ਜਦੋਂ ਇਹਨਾਂ ਨੂੰ ਅਸੀਂ ਰੋਕਿਆ ਇਹਨਾਂ ਨੇ ਸਾਡੇ ਨਾਲ ਝਗੜਾ ਵੀ ਕੀਤਾ ਹੱਥੋਂਬਾਈ ਵੀ ਕੀਤੀ ਅਤੇ ਇਹਨਾਂ ਦੇ ਨਾਲ ਦੇ 2 ਬੰਦੇ ਜਿਹੜੇ ਦੌੜ ਵੀ ਗਏ ਜਿਹੜੇ ਰਸਤੇ ਦੇ ਜਿਵੇਂ ਟਰੈਕਟਰ ਨਹੀਂ ਲੰਘਦਾ ਉਹਨੂੰ ਵੱਟਾਂ ਸਿੱਧੀਆਂ ਕਰਨ ਵਾਸਤੇ ਇਹ ਬੂਟੇ ਇਹਨਾਂ ਦੇ ਵੱਢੇ ਗਏ ਨਹੀਂ ਨਹੀਂ ਵੇਚ ਕੇ ਇਹ ਮੈਂ ਦੱਸਦਾ ਕਿਸਾਨੀ ਝੰਡੇ ਇਹਨਾਂ ਨੇ ਲਾਏ ਆ ਉਹ ਇਹਨਾਂ ਦੀ ਗਲਤੀ ਆ ਇਹ ਕਿਸਾਨੀ ਝੰਡੇ ਦੀ ਆੜ ਦੇ ਥੱਲੇ ਜਿਹੜਾ ਇਹ ਸਾਰਾ ਕੰਮ ਕਰ ਰਹੇ ਦੋਨਾਂ ਗੱਡੀਆਂ ਨੂੰ ਗੁਰਾਂ ਦੇ ਜਿਹੜੇ ਉਹ ਝੰਡੇ ਲੱਗੇ ਹੋਏ ਨਜਾਇਜ਼ ਕਟਾਈ ਕਰਕੇ ਝੰਡਿਆਂ ਦਾ ਆਸਰਾ ਲੈ ਕੇ ਕਿਸਾਨੀ ਦੇ ਆੜ ਦੇ ਵਿੱਚ ਸਰੀਆਂ ਚੋਰੀ ਵੇਟ ਕਰ ਰਹੇ ਹਾਂ ਸਰ ਇਹਨਾਂ ਦੇ ਗਰੀਬ ਕਰ ਰਿਹਾ 6 ਮਹੀਨੇ ਤੋਂ ਨਹੀਂ ਸਾਲ ਤੋਂ 1 ਸਾਲ ਤੋਂ ਇਹ ਰੈਗੂਲਰ ਧਰਨਾ ਚੱਲ ਰਿਹਾ ਸਰਕਾਰੀ ਜੰਗਲ ਮਤਾਪੁਰ ਵਿੱਚ ਇਹਨਾਂ ਨੂੰ ਘੱਟ ਤੋਂ ਘੱਟ ਅੱਜ 6 ਮਹੀਨੇ ਹੋ ਗਏ ਇਹ ਕੰਮ ਕਰਦੇ ਤੇਰੇ ਦਿਹਾੜੀਦਾਰ ਬੰਦੇ ਗਏ ਨਹੀਂ ਇਹੀ ਲੱਕੜ ਦਾ ਇਹਨਾਂ ਦੀ ਕਣਕ ਦੀ ਬਿਜਾਈ ਹੋ ਰਹੀ ਹੈ ਉੱਥੇ ਤੇਲ ਪੈ ਰਿਹਾ ਡੀਜ਼ਲ ਜੋ ਵੀ ਖਰਚਾ ਹੁੰਦਾ ਇਹਨਾਂ ਕੋਲੇ ਗਰੀਬਾਂ ਕੋਲੇ ਕਿੱਥੇ ਇਹ ਕਹਿੰਦੇ ਸਾਡੇ ਬੂਟੇ ਵੇਚ ਦਿਓ